الحمد لله الذي صورا خلقنا ورزقنا الهداية بالقرآن شهد أن لا लेकिन उन्होंने कोई तकलीफ हो गई इस वजह से नहीं हो सके। मैं तो रात इतने हम कोट सारा फिर मैं आज सुबह 7:45 मैं तो वापस चला गया। फिर मैंने हाजी मोहम्मद इब्राहिम तौहीदी साहब ने वो भी साढ़े काबिले कदर भाई मुखलिस तौहीदी है उन्होंने मैनू फोन करके फरमाया कि जी
ਇੱਥੇ ਹਾਜ਼ਰੀ ਦਿਓ। ਮੈਂ ਕਿਹਾ ਮੈਂ ਤਾਂ ਕਿਤੇ ਹੋਰ ਹਾਜ਼ਰੀ ਦੇਵਣੀ। ਉਹਨਾਂ ਆਖਿਆ ਜੀ ਬਸ ਸੰਗੀਆਂ ਪਿੱਛੇ ਕੁਰਬਾਨੀਆਂ ਦੇਵਣੀਆਂ ਪਾਉਂਦੀਆਂ। ਉਹਨਾਂ ਆਖਿਆ ਕੁਰਬਾਨੀਆਂ ਸਿਰੇ ਮੌਲਵੀਆਂ ਕੋਲ ਹੀ ਲਈਆਂ ਕਰੋ। ਬਹਰਹਾਲ ਇਹ ਕੁਰਬਾਨੀ ਸ਼ੁਰਬਾਨੀ ਤਾਂ ਕੋਈ ਨਹੀਂ, ਗਰੀਬਾਂ ਕਰਨਾ ਸਾਡਾ ਕੰਮ ਹੈ। ਇਕੜੀ ਕੁਰਬਾਨੀ, ਕੁਰਬਾਨੀ ਕਿਸੇ ਹੋਰ ਸ਼ਾਇਦ ਦਾ ਨਾਮ ਹੈ। ਇਹ ਇੱਕ ਛੋਟੀ ਜਿਹੀ ਕਾਵਿਸ਼ ਹੈ ਆਪਣੀ ਜਮਾਤ ਦੀ ਖਾਤਰ। ਚਲੋ ਮੈਂ ਆ ਗਿਆ, ਘੰਟਾ ਦੋ ਘੰਟੇ ਸਫ਼ਰ ਕਰਨਾ ਪੈ ਗਿਆ, ਫਿਰ ਦੁਬਾਰਾ। ਇਹ ਕੋਈ ਕੁਰਬਾਨੀ ਨਹੀਂ, ਚਾਹ ਵੀ ਪੀਤੀ ਅੱਲਾ ਜਾਣੇ, ਟੁੱਕਰ ਵੀ ਖਵੇ ਸਰ ਖੁਦਾ ਜਾਣੇ, ਵੰਜਣ ਲਏ ਕੋਈ ਜੇਬ ਵਿੱਚ ਕਿਰਾਇਆ ਪੈਸੇ ਜੇ ਅਗਲੇ ਘੱਟ ਲਏ ਸਰ, ਕੋਈ ਤਾਂ ਕਰੇ ਸਰ ਨਹੀਂ ਸਰ। ਇਹ ਕਿਹੜੀ ਕੁਰਬਾਨੀ? ਕੁਰਬਾਨੀ ਤਾਂ ਹੁੰਦੀ ਸੁਭਾਨ ਅੱਲਾਹ, ਇਹ ਬਹੁਤ ਬੜਾ ਲਕਸ਼ ਲਾ ਕੁਰਬਾਨੀ। ਜੇ ਕਦੇ ਦੀਨ ਨੇ ਕੁਰਬਾਨੀ ਮੰਗੀ ਤੇ ਸਾਨੂੰ ਮੌਕਾ ਵੀ ਮਿਲ ਗਿਆ ਆਪਣੇ ਆਪ ਨੂੰ ਦੀਨ ਵਾਸਤੇ ਕੁਰਬਾਨ ਕਰਨ ਦਾ, ਇਹ ਵੀ ਬੜੀ ਸਹਾਦਤ ਹੈ। ਜੇ ਅਗਰ ਕੋਈ ਐਸਾ ਅੱਲਾਹ ਕਰੇ ਅਵਲ ਤਾਂ ਆਵੇ ਨਹੀਂ ਕਿ ਉਹਦੀ ਮੌਕਾ, ਤੇ ਜੇ ਕੋਈ ਆ ਵਾਂਜੇ ਤਾਂ ਫਿਰ ਮੋਮਿਨ ਨੂੰ ਪਿੱਛਾ ਹਟਣਾ ਨਹੀਂ ਚਾਹੀਦਾ। ਪਰ ਇਹ ਕੋਈ ਕੁਰਬਾਨੀ ਨਹੀਂ। ਮੈਂ ਇਸ ਵਾਸਤੇ ਹਾਜ਼ਰ ਹੋ ਗਿਆ, ਚਲੋ ਉੱਥੇ ਜਿੱਥੇ ਜਾਣਾ ਥੋੜ੍ਹਾ ਜਿਹਾ ਲੇਟ ਪਹੁੰਚ ਜਾਵਾਂਗਾ, ਕੋਈ ਮਸਲਾ ਨਹੀਂ। ਔਰ ਫਿਰ ਸਭ ਤੋਂ ਬੜੀ ਖੁਸ਼ੀ ਦੀ ਬਾਤ ਇਹ ਹੈ ਕਿ ਕੁਝ ਬੱਚਿਆਂ ਨੇ ਕੁਰਾਨ ਸ਼ਰੀਫ ਦੀ ਤਕਮੀਲ ਕੀਤੀ, ਹਿਫਜ਼ ਕੀਤੀ। ਹਾਫਿਜ਼ ਬਣ, ਸੁਭਾਨ ਅੱਲਾਹ, ਸੁਭਾਨ ਅੱਲਾਹ। ਮੂੰਹ ਖੁੱਲਦਾ ਰਹੇ ਨਾ ਤਾਂ ਜ਼ਰਾ ਅੰਦਰ ਦੀ ਹਵਾ ਤਬਦੀਲ ਹੁੰਦੀ ਰਹੇ, ਨਹੀਂ ਇਹ ਬੰਦ ਹੋਵੇ ਨਾ ਤਾਂ ਮੂੰਹ ਵਿੱਚ ਬਦਬੋ ਪੈਦਾ ਹੁੰਦੀ, ਇਹਨੂੰ ਜ਼ਰਾ ਖੋਲੀ ਰੱਖਿਆ ਕਰੋ। ਅੱਲਾਹ ਦੇ ਘਰ ਵਿੱਚ ਬੈਠੇ ਹੋ, ਕੁਝ ਖਾਧੀ ਪੀਤੀ ਰੱਖੋ, ਇਜ਼ਾ ਮਰਾ ਤੁਮ ਬਿਰਿਆਜ਼ ਅਲਜੰਨਤ ਫਰਤਾਹੂ। ਇਹ ਅੱਲਾਹ ਦੀ ਇਹ ਮਸਜਿਦ, ਇਹ ਅੱਲਾਹ ਦੀ ਜੰਨਤ ਦਾ ਬਾਗ ਹੈ। ਤੁਹਾਨੂੰ ਪਤਾ ਨਾ ਜਿੱਦਾਂ ਮੇਜ਼ਬਾਨ ਸਖੀ ਹੋਵੇ ਬਾਗ ਵਾਲਾ, ਤੋ ਆਖੇ ਬਈ ਮੁਸਾਫਿਰ ਪਿਆਸ ਲੱਗੀ, ਭੁੱਖ ਲੱਗੀ, ਇਹ ਫਲ ਵੀ, ਇਹ ਚਸ਼ਮੇ ਵੀ, ਆਬਸ਼ਾਰਾਂ ਵੀ, ਠੰਡੇ ਝਰਨੇ ਵੀ, ਇਹ ਸਾਰੇ ਤੇਰੇ ਵਾਸਤੇ। ਉਹ ਬੰਦਾ ਮੂੰਹ ਵਲੇਟੇ ਚੰਗਾ ਕਸ ਕੇ, ਇੱਕ ਗੇਟ ਹੀ ਵੜੇ ਤੇ ਬਾਗ ਦੇ ਅਗਲੇ ਗੇਟ ਚ ਇੰਨੇ ਖਾਲੀ ਨਿਕਲ ਜਾਏ, ਬਾਗ ਵਾਲੇ ਦਾ ਕਸੂਰ ਤਾਂ ਕੋਈ ਨਹੀਂ ਹੁੰਦਾ। ضرورت ضرورت مند ہے۔ سبحان اللہ، الحمدللہ، لا الہ الا اللہ، واللہ اکبر، یہ اس باغ کے پھل لیں۔ ਤ੍ਰਿਮਸੀ ਸ਼ਰੀਫ ਦੀ ਹਦੀਸ ਇਸ ਵਾਸਤੇ ਖਾਓ ਪੀਓ ਮੌਜਾਂ ਕਰੋ ਫਿਰ ਲੈ ਕੇ ਬੈਠੇ ਕਰਦੇ। ਇਨਸਾਨ ਨੂੰ ਪੈਦਾ ਫਰਮਾਇਆ ਫਿਰ ਇਤਮਾਮ ਹੁਜਤ ਫਰਮਾਇਆ, ਇਨਸਾਨ ਨੂੰ ਪੈਦਾ ਫਰਮਾਇਆ ਫਿਰ ਇਨਸਾਨ ਦੇ ਇਤਮਾਮ ਹੁਜਤ ਫਰਮਾਇਆ, ਉਹਨੂੰ ਦੱਸਿਆ ਤੂੰ ਕਿਹੜੀ ਸ਼ੈ, ਮੈਂ ਕਿਆ, ਤੂੰ ਕਿਆ ਕਰਨਾ, ਤੇਰੇ ਵਾਸਤੇ ਕਿਆ ਤਿਆਰ ਹੈ। ਸੁਭਾਨ ਅੱਲਾਹ, ਇਨਸਾਨ ਦੀ ਜਿਹੜੀ ਤਰਬੀਅਤ ਅੱਲਾਹ ਨੇ ਫਰਮਾਈ, ਕੋਈ ਦੁਨੀਆ ਦਾ ਮੁਅੱਲਮ, ਕੋਈ ਮੁਰੱਬੀ ਇੰਜ ਨਹੀਂ ਕਰ ਸਕਦਾ। ਅੱਲਾਹ ਨੇ ਥੱਲੇ ਉਤਰ ਕੇ ਨਹੀਂ ਤਰਬੀਅਤ ਫਰਮਾਈ, ਮੁੰਤਖਬ ਫਰਮਾਏ ਕੁਛ ਆਲਾ ਇਨਸਾਨ ਜਿਨ੍ਹਾਂ ਦੇ ਸਿਰ ਤੇ ਤਾਜ ਨਬੂਵਤ ਤੇ ਰਿਸਾਲਤ ਦਾ ਰੱਖਿਆ, ਉਹਨਾਂ ਦੇ ਨਾਲ ਗੱਲਾਂ ਕੀਤੀਆਂ, ਕਿਨਾਂ ਦੇ ਨਾਲ ਪਰਦੇ ਦੇ ਪਿੱਛੋਂ, ਕਿਨਾਂ ਦੇ ਨਾਲ ਫਰਿਸ਼ਤੇ ਦੇ ਜ਼ਰੀਏ, ਤੇ ਕਿਨਾਂ ਦੇ ਨਾਲ ਸਿੱਧੀ ਕਲਾਮ ਕੀਤੀ ਜਿਵੇਂ ਕੱਲਮ ਅੱਲਾਹ ਮੂਸਾ ਤਕਲੀਮਾ। ਸਮਝਾਈ ਗੱਲ ਕੀ ਕਰਨਾ, ਅੱਲਾਹ ਅਕਬਰ। ਜਿਸ ਇਨਸਾਨ ਨੇ ਅੱਲਾਹ ਰਸੂਲ ਦੀ ਤਰਬੀਅਤ ਨਹੀਂ ਨਾ ਲੈਣੀ, ਉਹਨੂੰ ਸਮਝ ਲੈਣਾ ਚਾਹੀਦਾ ਕਿ ਉਹਦਾ ਠਿਕਾਣਾ ਕਿਆ ਹੈ, ਔਰ ਜਿਸ ਨੇ ਤਰਬੀਅਤ ਲੈਣੀ ਹੈ ਜਾਂ ਲਈਏ ਉਹਨੂੰ ਪਤਾ ਹੋਣਾ ਚਾਹੀਦਾ ਕਿ ਉਹਦਾ ਠਿਕਾਣਾ ਕਿਆ ਹੈ।
ਜਿਹੜਾ ਜੀਵੇ ਜਾਣ ਕੇ ਜੀਵੇ, ਜਿਹੜਾ ਮਰੇ ਉਹ ਵੀ ਜਾਣ ਕੇ ਮਰੇ। ਉਹਨੂੰ ਪਤਾ ਹੋਵੇ ਕਿ ਮੈਂ ਇਹ ਪੈਰ ਕਿਹੜੀ ਖਾਈ ਚ ਰੱਖਦਾ ਪਿਆ। ਕੋਈ ਚੀਜ਼ ਪਰਦੇ ਵਿੱਚ ਨਹੀਂ ਰੱਖੀ। ਇਨਸਾਨ ਦਾ ਰਸ ਮਾਰਾ ਲਵਾਵਾ ਹੋਵੇ ਤੇ ਖੁਸ਼ੀ ਦੀ ਗੱਲ, ਤੇ ਜੇ ਮੁਤਮਇਨਾ ਹੋਵੇ ਤੇ ਮੁਬਾਰਕ ਦੀ ਗੱਲ। ਮੁਤਮਇਨ ਹੋ ਜਾਣਾ ਅੱਲਾ ਦੀ ਹਿਦਾਇਤ ਤੇ ਪੈਗੰਬਰ ਦੀ ਤਾਲੀਮ ਤੇ ਬੜੇ ਖੁਸ਼ ਨਸੀਬ ਲੋਕਾਂ ਦਾ ਕੰਮ ਹੈ। ਗਲਤੀਆਂ ਕਰਦਿਆਂ ਰਹਿਣਾ ਤੇ ਪਛਤਾਉਂਦਿਆਂ ਜਾਣਾ ਇਹ ਵੀ ਅੱਛੀ ਅਲਾਮਤ ਹੈ। ਨਫਸ ਲਵਾਮਾ ਲਮ ਯੁਸਿਰੂ ਅਲਾਮਾ ਫਅਲੂ, ਨਫਸ ਝਟਕੇ ਦੇਵੇ ਜ਼ਮੀਰ ਜਾਗ ਪਵੇ। ਜਿਹੜਾ ਸ਼ੈਤਾਨ ਦੇ ਅੱਗੋਂ ਕੰਢ ਨਹੀਂ ਵਾਰਦੇ ਤੇ ਯਮੁਦੂਨ ਹੁਮ ਫਿਲ ਗਜ ਸੁਮ ਲਾ ਯੁਸਿਰੂ, ਸ਼ੈਤਾਨ ਇਹਨੂੰ ਗੁਮਰਾਹੀਏ ਗਜ਼ੀਟਣ ਕੋਲ ਫਰਕ ਕੋਈ ਨਹੀਂ ਕਰਦਾ। ਉਹ ਤਾਂ ਇੱਕ ਮੇਰੇ ਸ਼ਾਗਿਰਦ ਬਣ ਗਿਆ, ਐਲਾਨ ਹੋਇਆ ਤੇ ਹੁੰਦਾ ਰਿਹਾ ਸਿਲਸਿਲਾ, ਰੁਕਿਆ ਕੋਈ ਨਹੀਂ। ਹਾਂ ਇੱਕ ਵਾਰੀ ਜਾਣ ਕੇ 600 ਸਾਲ 650 ਸਾਲ ਦਾ ਥੋੜਾ ਫਤਰਾ ਪੈ ਗਿਆ, ਵਕਤ ਆ ਗਿਆ। ਉਸ ਵਕਤ ਸੁਭਾਨ ਅੱਲਾਹ ਦੁਨੀਆ ਉਜੜ ਗਈ, ਅਮਨ ਬਿਖਰ ਗਿਆ। ਪੜ੍ਹੇ ਲਿਖੇ ਹਨ ਮੌਲਵੀ ਦੁਨੀਆ ਦੇ ਹਰੀਸ ਹੋ ਗਏ, ਹੁਕਾਮ ਹਾਲ ਬਦਮਾਸ਼ ਹੋ ਗਏ, ਪੂਰਾ ਮਾਸ਼ਰਾ ਵਿਗਾੜ ਦਾ ਸ਼ਿਕਾਰ ਹੈ। ਅੱਲਾਹ ਨੇ ਇਹਦੀ ਭਲਾਈ ਦਾ ਇਰਾਦਾ ਫਰਮਾਇਆ, ਇੱਕ ਸੂਰਤ ਤਿਆਰ ਕੀਤੀ, ਇੱਕ ਸੀਰਤ ਤਿਆਰ ਕੀਤੀ। ਪਹਿਲਾ ਇੰਤਜ਼ਾਮ ਇਹ ਕੀਤਾ, ਆਸਮਾਨ ਦੇ ਦਰਵਾਜ਼ੇ ਬੰਦ ਕਰ ਦਿੱਤੇ, ਮੀਟਿੰਗ ਹੋ ਰਹੀ ਦਰਵਾਜ਼ਾ ਬੰਦ। ਕਰ ਕੋ ਨਾ ਨੇ ਕਦਾ ਉਹ ਕਦਰ ਤਿਆਰੀਆਂ ਕਰ ਰਹੇ, ਉਹਨਾਂ ਨੂੰ ਕੁਝ ਲਿਖਾਇਆ ਜਾ ਰਿਹਾ। ਦਰਵਾਜ਼ੇ ਬੰਦ ਲਿਖਦਿਆਂ ਲਿਖਾਉਂਦਿਆਂ ਕੁਝ ਨਾ ਕੁਝ ਆਦਤ ਹੁੰਦੀ ਹੈ ਬੋਲੀ ਵੀ ਰੱਖੀ ਦਾ, ਰਿਸ਼ਤੇ ਬੋਲਣ ਇਹਨਾਂ ਦੀ ਗੱਲ ਕੋਈ ਨਾ ਸੁਣੇ। ਜਿਹੜੇ ਸ਼ੈਤਾਨ ਜਿੰਨਾਤ ਅਸਮਾਨ ਤੇ ਬਹਿੰਦੇ ਹਨ ਨਾ ਕੁੰਦਾ ਨਾ ਉਦੋਂ ਮਖਾਣੀ ਦਾ ਲਿਸਾ ਮਿਲਦਾ, ਉਹਨਾਂ ਨੂੰ ਹੁਣ ਬਾਣੀ ਕੋਈ ਨਹੀਂ ਦਿੰਦਾ। ਇਹ ਜਾਂਦੇ ਨੇ ਤੇ ਉਹਨਾਂ ਨੂੰ ਅੰਗਾਰੇ ਮਾਰੇ ਜਾ ਜਾਂਦੇ ਤੇ ਵਜਾ ਦਿੱਤਾ ਜਾਂਦਾ। ਉਹ ਸੁਣਦੇ ਜ਼ਹਿਨ ਇਹ ਉੱਤਾ ਕੀ ਹੋ ਰਿਹਾ, ਕਿਸ ਕਿਸਮ ਦੀ ਮੀਟਿੰਗ ਹੈ, ਯਾ ਦਰਵਾਜ਼ੇ ਬੰਦ ਕਰਕੇ ਕੋਈ ਫੈਸਲਾ ਆਖਰੀ ਕੀਤਾ ਜਾ ਰਿਹਾ ਕਿ ਦੁਨੀਆਂ ਨੂੰ ਹੁਣ ਬਰਬਾਦ ਕਰ ਦਿੱਤਾ ਜਾਏ, ਇਹਦੀ ਜ਼ਰੂਰਤ ਕੋਈ ਨਹੀਂ। ਯਾ ਅਨ ਅਰਾਦਤ ਹਿਮ ਰੱਬਹੁਮ ਰਾਸ਼ਦਨ, ਯਾ ਵਲ ਕਾਇਨਾਤ ਦਾ ਰੱਬ ਕਾਇਨਾਤ ਦੀ ਕੋਈ ਭਲਾਈ ਦਾ ਇੰਤਜ਼ਾਮ ਕਰਨ ਵਾਲਾ। ਗੱਲ ਸਮਝ ਆ ਰਹੀ ਕਿ ਨਹੀਂ ਆ ਰਹੀ? ਸੁਭਾਨ ਅੱਲਾਹ। ਤੇ ਗੱਲ ਇਹ ਦੂਸਰੀ ਨਿਕਲੀ ਕਿ ਕਾਇਨਾਤ ਦਾ ਰੱਬ ਕਾਇਨਾਤ ਦੀ ਭਲਾਈ ਦਾ ਪ੍ਰੋਗਰਾਮ ਤਿਆਰ ਕਰ ਰਿਹਾ, ਇਸ ਵਾਸਤੇ ਖੁਫੀਆ ਮੀਟਿੰਗ ਹੋ ਰਹੀ। ਤੇ ਹੁਣ ਫਰਮਾਇਆ ਉਹ ਅੱਗੇ ਜਿਹੜੀਆਂ ਖੁੱਲੀਆਂ ਇਜਾਜ਼ਤਾਂ ਸਾਰੀਆਂ ਖਤਮ, ਹੁਣ ਕੋਈ ਨਹੀਂ ਜਾਏਗਾ। ਹੁਣ ਜੇ ਸੁਣਨਾ ਹੈ ਨਾ ਇੱਥੇ ਤੱਲੇ ਸੁਣੇ, ਉੱਤਾਂ ਵੰਜ ਕੇ ਸੁਣਨ ਦੀ ਗੁੰਜਾਇਸ਼ ਅੱਲਾ ਤਕਰੀਰ ਕਰਦਾ ਹੈ, ਖਿਤਾਬ ਹੋ ਰਿਹਾ ਹੈ। ਤੋ ਅੱਲਾ ਕੇ ਫਰਮਾਨ ਵਾਲਾ ਕਾਦੂ ਸਾਰਾ ਸੁਣਾ ਸੁਭਾਨ ਅੱਲਾਹ। ਫਰਮਾਇਆ ਸਰਬਨਾ ਇਲੈਕਾ, ਇਹ ਮੇਰੇ ਪਾਕ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ, ਅਸਾਂ ਆਪ ਜਿਨ੍ਹਾਂ ਦੀ ਜਮਾਤ ਨੂੰ ਤੁਹਾਡੀ ਮਹਿਫਿਲ ਵੱਲ ਫੇਰ ਦਿੱਤਾ, ਉਹ ਕਿਦਾਂ ਹੀ ਹੋਰ ਜਾ ਰਹੇ ਹਨ, ਅਸਾਂ ਤੁਹਾਡੇ ਵੱਲ ਜ਼ੋਰ ਦਿੱਤਾ, ਜਿਨ੍ਹਾਂ ਦੀ ਆਦਤ ਹੁੰਦੀ ਹੈ
بدلتے رہتے ہیں، کوئی شمال کا ہے تے جنوب چلا گیا، کوئی مشرق رہتا ہے تے مغرب چلا گیا، اللہ فرماتا ہے کوئی آ رہا ہے تے میں پاٹے ال بھیج دیتا، جڑے ویلے آیا آپ قرآن کی تلاوت فرما رہے ہیں، جڑے ویلے انہوں نے سنے کوئی بھی جو بولن لگا ہے تے دویا نے آخیا انا سے تو یار چپ کر کے رہو، جڑے ویلے قرآن پڑھن والا کوئی پڑھ رہا ہوئے اس ویلے تو نہیں بولی لا بات نہیں گلا کری دیا میاں تے نہیں کلام کری دے انا سے تو پرواہی کرے تے سمجھے نہیں ہوئی، بولو شاباش شاباش،
हलवे दी दो दो प्लेटा मिलकर बोली आओ ते जेड़ा बंदा सुन लवे वल समझ लवे ते वल मन्ने नहीं ओ उस तो भी वड्डा नारे सुभान अल्लाह ते जेड़ा मन लवे ते उस उते अकीदा ते अमल न रखे ओ उस तो भी वड्डा बेईमान बोलो 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 शाह बेईमान चुम्मन ते चट्टन दा ना ईमान नहीं होंदा मोबाइल चुम लगे तो चट लगे राह तो पता लग ही जे थोड़ी गूगल के नक्शे से सफर न करी वे तो भाई खोल पाते हो ना गूगल का नक्शा मोड़ आता पे उसनू जो बंदा रखे ना एक पासे मोड़ मोड़ नहीं मुड़ना उस सड़क ने मोबाइल चुम ही रखना बंदा राह पे अकड़ गई नहीं शाबाश नहीं तो वक्त वो ठीक कर लेना भाई कुरान के अंदर अल्लाह ने जिंदगी गुजारण का नक्शा दिखा अंदर जिंदगी गुजारण का नक्शा दिता है इस नक्शे के मुताबिक चल सो तो कुरान मनन सुनन ते पढ़न दा फायदा समझण दा अगर कुरान ते अकीदा ते अमल नहीं रखना ते इन्हें चुम चट के ते तुसे सीने नाल लाई रखो इन तो बख्शिश होती नहीं हाँ याद आया मनन दा सवाद आया कि अल्लाह ने एक हुक्म नाजिल किया सुनते बैठे हो या अय्युह अल्लज़ीना आमनू ला तरफऊ अस्वातकुम तवज्जो जरा ए ईमान वाले हो मन ले हुण अमल दा टाइम आउणा है ना असा दे पया है ला तरफऊ सिद्दीक
رضی اللہ تعالیٰ عنہ بھی مکے ہو حضرت عمر حضرت عمر رضی اللہ تعالیٰ عنہ حدیث کے اندر اتنا ہولو بول دے ہاں کہ اللہ دے پاک پیغمبر صلی اللہ علیہ وسلم دوبارہ فرماتے ہیں ما فہمت رد علی تیری گل دی سمجھ ہی نہیں آئی اتنا ہولو بولے ہیں ذرا دوبارہ کر سامنے بندہ بیٹھو گل کرے سنی بھی نہیں سامنے بندہ بیٹھو گل مشکا شریف کی حدیث حضرت سعد اندر دروازے تے بیٹھے ہوئے تے باہروں آپ آ کر السلام علیکم یا آل سعد تے او دروازے دے ادوا کے جواب ہی کوئی نہیں کرتا السلام علیکم آلہ صاحب وہ ہولو جی آکے وعلیکم السلام وطری دفعہ کے السلام علیکم اس والا ہولو جی آکے وعلیکم آپ نے فرمایا ساتھ گھر کوئی نہیں چلو واپس چلی گئے یہ لئے اس نے پھر واپس بھی نے فوراں دروازہ توڑ کے پدا کا ابی و امی یا رسول اللہ صلی اللہ علیہ وسلم تجھے تشریف نہیں ہوئی دے آپ نے فرمایا طریقہ ہی ہو ترائے میری سلام کیتا ہے جواب کوئی نہیں آیا میں واپس رہا ہوں جی میں جواب دیتا آپ نے فرمایا کہ جواب کیوں دیتا ہے کہ والا میں اس میں کا تو انو نہیں سنوایا تو نہیں سنوایا جواب تو اچھا تھی ان کیوں کیتا ہے جنہیں جی میں پہلی میری جواب اچھا دے ہوا تو سن دوی میری کوئی سلام کرنا میں آکے آج رحمت کا بدل میرے دروازے پہ آئے چلو ترائے میری سلام کا ہو بن جائے سبحان اللہ اگلی گلی کرنا یہ سمجھ آ نہیں آگئی آگئی اللہ سبحان اللہ یہ زندگی ہے حیات طیبہ ہے آمنے سامنے رو برو ایک دیوار دا پردہ ہے اور ایک دروازے دا پردہ ہے حضرت عمر رضی اللہ تعالی عنہ دے سامنے تا پردہ ہی کوئی نہیں مگر سنیا نہیں جو ہولو بولے ول آگنا کے قبر شریف دے اندر و دورو کوئی سلام کرے تے صلات تے سنتے پین اے دیوتوں اللہ جانے کتنے اسی دلیل لکھی ہوئی میری عادت ہے بھائی میں تھوڑی جی چونڈی مرے نا زیادہ نہیں مرے دو نت جی زیادہ اک تو میں کس کے لا دینا اللہ اکبر ہر جگہ تو ہر ویلے ہر کہندی ہر گل ہر بولی سنن والا صرف اللہ اکبر تے جے کوئی نہ بول سکے زبان او دی پک گئی ہے یا زبان کسے کٹ لئی ہے یا گنگ ہے اللہ آندا ہے میں اے تیری شاہ رکھ دینا اے تلے تے زبان اگے ذری ایتھے آئی ہوئی گل میں جان لینا زبان تک نہ بھی پہنچے تے اے تا ایتھے میں ایتھے آون والے خیال نہ بھی جان اللہ اکبر صحابہ کرام دا مقام ویکھو منن تو بعد عمل کرن دا نمبر سبحان اللہ ان الذين يغضون اصواتهم عند رسول اللہ میرے پاک پیغمبر صلی اللہ علیہ وسلم دے صحابہ کرام جنہ میرا اے حکم سن کے انہاں نے اپنی آواز مٹھیاں کر لیاں ہیں اللہ فرماندا اللہ محمد رسول اللہ صلی اللہ علیہ وسلم دے شجر
बारे ऐलान कर रहा है आपने फरमाया वो अपना संगी साथी वो किधर गया कोई पता नहीं। हजरत माज बिन जबल रज़ी अल्लाह ताला अर्ज की जी मैं पता करा उन्होंने करो करो जाओ जाओ गए वो परेशान बैठे भाई जी महफिल में कोई नहीं बैठ रहे रोण लग गए जने की गल है कि अल्लाह ने मना किया कि मेरे पैगंबर की आवाज मुबारक तो तुम्हारी आवाज उची ना हो होंगे मनन मनन आलियां दा काम अमल करना है जे मने ईमान रखे तो अमल करना आखिर लगे मेरी आवाज उची है मैं जान के ना उच्चा बोला कुदरती मेरी आवाज उच्ची हो जाए अल्लाह तो नाराज हो इसी इस वास्ते मैं महफिल च नहीं गया। वो सहाबी वापस आए दसिया या रसूल अल्लाह सल्लल्लाहु अलैहि वसल्लम इस वजह तो वो नहीं आने आपने फरमाया बुला के लाया हो इसलिए बुला के आए अल्लाह के पाक पैगंबर फरमाया तेरे गले की आवाज कुदरती उच्ची है कोई मसला नहीं तेरे दिल का अल्लाह रसूल का एहतराम मौजूद है तीन जीवे मर्जी अभी बोल लेते सुभान अल्लाह दिल के अंदर जो तकवा मौजूद है दिल में तकवादारी है लेकिन आवाज की मजबूरी अगर ऊंची है तो फिर डरन का मसला हो ये तकवे के दर्जे है तकवे के अंदर सारे हैं लेकिन तकवे के दर्जे हैं ये मुत्तकीन सारे हैं अल्लाह का इन्ना मुत्तकीन का सरदार जरा वो अल अतका है वो सब नलों वड्डा तकवे वाला है जरा गुजरिया जा रहा है एक गली के गुजरे एक हबशी गुलाम नु सजाएं दी जा रही है ठहर गए ये कौन है क्या है इसका कसूर है मालिक उमैया बिन खलफा जी इस कलमा पढ़ लिया ये थोड़े मजहब पे हो गए हूँ मेरे काम का कोई नहीं मैं आना मजहब छोड़ दे नहीं तो वह इन तेरे नाल मामला होता रहना आपने फरमाया चलो तेरे काम का नहीं तो मैं बेचा मैं मुल ले लेना तेरे को उसका क्या मुल उस दो कीमत मंगी चांदी अबू बकर सिद्दीक रजी अल्लाह तआला वापस उठो वापस घर गए हालांकि बड़े अमानतदार और सुलझे समझदार ताजिर हैं तिजारत नु जा रहे ओदी मंगी हुई तो ज्यादा चांदी दिती उस लै के उसा के वजन ज्यादा मैं जड़ी मंगी ओदे नालों ज्यादा अब मैं कोई गल नहीं ज्यादा तो बाहर वो हण लगा एक गल दसो मुझे
ਤੁਸੀਂ ਤਾਂ ਕਦੀ ਘਾਟੇ ਵਾਲਾ ਸੌਦਾ ਨਹੀਂ ਕੀਤਾ ਤੇ ਅੱਜ ਕਿਵੇਂ ਘਾਟੇ ਵਾਲਾ ਕੰਮ ਕੀਤਾ? ਅਬੂ ਬਕਰ ਸਿੱਦੀਕ ਰਜ਼ੀ ਅੱਲਾਹ ਤਾਲਾ ਨੇ ਫਰਮਾਇਆ, ਮੈਂ ਜਿਹੜਾ ਅੱਜ ਨਫੇ ਵਾਲਾ ਕੀਤਾ ਇਹੋ ਜਿਹਾ ਕਦੀ ਕੀਤਾ ਹੀ ਨਹੀਂ, ਸੁਭਾਨ ਅੱਲਾਹ, ਤੈਨੂੰ ਪਤਾ ਹੀ ਨਹੀਂ, ਤੂੰ ਇਹਦੀ ਜ਼ਹਿਰੀ ਸ਼ਕਲ ਤੇ ਮੈਨਾਂ ਹਬਸ਼ੀ ਗੁਲਾਮ ਹੈ, ਮੈਂ ਇਹਦੇ ਦਿਲ ਵਾਲੇ ਨੂਰ ਈਮਾਨ ਵਾਸਤੇ ਇਸ ਨੂੰ ਮੁੱਲ ਲੈ ਲਿਆ ਤੇ ਤੇਰੇ ਜ਼ੁਲਮ ਕੋਲੋਂ ਬਚ